ਪਿਛਲੇ ਲੰਬੇ ਸਮੇਂ ਤੋਂ ਨਿਗੁਣੀ ਤਨਖਾਹਾਂ ਤੇ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰਾਂ ਵੱਲੋਂ ਅੱਜ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਦੇ ਆਪਣੀ ਹੱਕੀ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਅੱਜ ਉਹਨਾਂ ਮੰਗ ਕੀਤੀ ਕਿ ਸੂਬੇ ਦੇ ਮੁੱਖ ਮੰਤਰੀ ਅਤੇ ਕੀਤੇ ਵਾਅਦਿਆਂ ਨੂੰ ਯਾਦ ਕਰ ਸਾਨੂੰ ਬਣਦੇ ਹੱਕ ਦਿੰਦਿਆਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੰਮ। ਇਸ ਮੌਕੇ ਗੱਲਬਾਤ ਕਰਨ ਸਿੱਖਿਆ ਪ੍ਰੋਵਾਈਡਰ ਆਗੂ ਰੁਪਿੰਦਰ ਗਿੱਲ ਅਤੇ ਸ਼ਮਸ਼ੀਰ ਸਿੰਘ ਨੇ ਕਿਹਾ ਕਿ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸਾਨੂੰ ਇਹ ਕਹਿ ਕੇ ਹੌਸਲਾ ਦਿੱਤਾ ਗਿਆ ਸੀ ਕਿ ਤੁਹਾਡੀ ਤਨਖਾਹ ਤਾਂ ਮੇਰੀ ਕੋਠੀ ਵਿੱਚ ਕੰਮ ਕਰ ਰਹੇ ਮਾਲੀ ਦੇ ਨਾਲੋਂ ਵੀ ਘੱਟਣੇ। ਜੇਕਰ ਅਸੀਂ ਸੱਤਾ ਵਿੱਚ ਆਏ ਤਾਂ ਤੁਹਾਡੀਆਂ ਮੰਗਾਂ ਜ਼ਰੂਰ ਪੂਰੀਆਂ ਕਰਾਂਗੇ, ਪਰ ਹੁਣ ਸੂਬਾ ਸਰਕਾਰ ਦੇ 4 ਸਾਲ ਬੀਤਣ ਤੇ ਵੀ ਉਹਨਾਂ ਸਾਡੀ ਸਾਰ ਨਹੀਂ ਲਈ, ਜਿਸ ਦੇ ਚੱਲਦੇ ਅੱਜ ਅਸੀਂ ਸੰਘਰਸ਼ ਕਰਨ ਨੂੰ ਮਜਬੂਰ ਹੋ ਗਏ ਹਾਂ। ਸਿੱਖਿਆ ਪ੍ਰੋਵਾਈਡਰ ਯੂਨੀਅਨ ਤੋਂ, ਮੈਂ ਸਿੱਖਿਆ ਪ੍ਰੋਵਾਈਡਰ ਹਾਂ ਬਤੌਰ ਜਿਹੜਾ ਸਿੱਖਿਆ ਪ੍ਰੋਵਾਈਡਰ, ਅਸੀਂ ਜਿਹੜਾ ਹੈਗਾ ਨੌਕਰੀ ਕਰ ਰਹੇ ਹਾਂ। ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਧਰਨੇ ਦੇ ਵਿੱਚ ਚੰਡੀਗੜ੍ਹ ਆ ਕੇ ਕਿਹਾ ਸੀ ਕਿ ਤੁਹਾਡੀ ਹਾਲਤ ਤੇ ਮੇਰੇ ਮਾਲੀ ਨਾਲੋਂ ਵੀ ਮਾੜੀ ਆ, ਮੇਰਾ ਮਾਲੀ ਜਿਹੜਾ ਹੈਗਾ ਵਾ ਉਹ ਇੰਨੀ ਤਨਖਾਹ ਨਹੀਂ ਲੈ ਰਿਹਾ ਅਤੇ ਤੁਸੀਂ ਜਿਹੜਾ ਹੈਗਾ ਇੰਨੀ ਤਨਖਾਹ 'ਤੇ ਕੰਮ ਕਰ ਰਹੇ ਹੋ, ਮੈਨੂੰ ਸ਼ਰਮ ਆਉਂਦੀ ਆ। ਅਸੀਂ ਅੱਜ ਕੈਪਟਨ ਸਾਹਿਬ ਨੂੰ ਇਹ ਵਾਅਦਾ ਯਾਦ ਦਿਲਵਾਉਣਾ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਹੈਗੀ ਹੈ ਤੁਹਾਡੇ ਮਾਲੀ ਤੋਂ ਵੀ ਜਿਹੜੀ ਆ ਮਾੜੀ ਹਾਲਤ ਹੋ ਗਈ ਹੈ ਅਤੇ ਤੁਸੀਂ ਕਿੱਥੇ ਸੁੱਤੇ ਪਏ ਹੋ। ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਤਾਂ ਕਿ ਸਾਡੀਆਂ ਜਿਹੜੀ ਹੈਗੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ। ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਾਂ, ਸਾਨੂੰ ਮੀਟਿੰਗਾਂ ਦੇ ਕੇ ਮੁੱਕਰ ਜਾਂਦੇ ਨੇ ਅਤੇ ਬਾਅਦ ਵਿੱਚ ਸਾਡੀ ਕੋਈ ਸਾਰ ਨਹੀਂ ਲਈ ਜਾਂਦੀ। ਇਸ ਕਰਕੇ ਅਸੀਂ ਜਿਹੜਾ ਹੈਗਾ ਵਾ ਸਰਕਾਰ ਜਿਹੜੀ ਸੁੱਤੀ ਪਈ ਆ ਉਹਨੂੰ ਜਗਾਉਣ ਹੋਇਆ। ਜੇ ਤੁਹਾਨੂੰ ਇਹਦਾ ਕੋਈ ਹੱਲ ਨਹੀਂ ਮਿਲਦਾ ਤਾਂ ਅਗਲਾ ਤੁਹਾਡਾ ਸਟੈਪ ਕੀ ਹੋਏਗਾ? ਜੇ ਤੁਹਾਡੀਆਂ ਜਿਹੜੀਆਂ ਸ਼ਰਤਾਂ ਵਾ ਮਨਜ਼ੂਰ ਨਹੀਂ ਹੁੰਦੀਆਂ ਉਹਦੇ ਅਗਲਾ ਤੁਹਾਡਾ ਸਟੈਪ ਕੀ ਹੋਏਗਾ? ਸਰ ਅਸੀਂ ਸੰਘਰਸ਼ ਕਰਦੇ ਪਏ ਹਾਂ, ਸੰਘਰਸ਼ ਸਾਡਾ ਜਾਰੀ ਰਹੇਗਾ। ਸਾਡੀ ਇੱਕੋ ਤੇ ਇੱਕੋ ਮੰਗ ਇਹੀ ਹੈ ਕਿ ਜਿੰਨੀ ਦੇਰ ਸਰਕਾਰ ਸਾਨੂੰ ਰੈਗੂਲਰ ਦੀ ਪ੍ਰੋਵੀਜ਼ਨ ਨਹੀਂ ਕਰਦੀ, ਸਾਡੀ ਤਨਖਾਹ ਦੇ ਵਿੱਚ ਵਾਧਾ ਕੀਤਾ ਜਾਏ ਤਾਂ ਕਿ ਜਿਹੜਾ ਹੈਗਾ ਸਾਡਾ ਚੁੱਲ੍ਹਾ ਚੌਂਕਾ ਜਿਹੜਾ ਹੈਗਾ ਉਹ ਚੱਲ ਸਕੇ, ਹਰ ਹਰ ਬੰਦੇ ਦੇ ਜਿਹੜੇ ਆ ਬੱਚੇ ਉਹ ਰੋਟੀ ਖਾਣ ਜੋਗੇ ਹੋ ਜਾਣ। ਮੈਂ ਸ਼ਮਸ਼ੇਰ ਸਿੰਘ ਸਿੱਖਿਆ ਪ੍ਰੋਵਾਈਡਰ ਯੂਨੀਅਨ ਤੋਂ। ਅਸੀਂ ਪਿਛਲੇ 15 ਸਾਲਾਂ ਤੋਂ ਸਿੱਖਿਆ ਪ੍ਰੋਵਾਈਡਰ EGS AI STR IV7 ਜਿਹੜੇ ਆ ਪਿਛਲੇ 15 ਸਾਲਾਂ ਤੋਂ ਪੜ੍ਹਾ ਰਹੇ ਹਨ ਨਿਗੁਣੀਆਂ ਤਨਖਾਹਾਂ ਦੇ। ਕੈਪਟਨ ਸਰਕਾਰ ਨੇ 2016 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਸਮੇਂ ਸਾਡਾ ਵਾਅਦਾ ਕੀਤਾ ਸੀ ਕਿ ਅਸੀਂ ਪਹਿਲੀ ਕੈਬਨਿਟ ਦੇ ਮੀਟਿੰਗ ਵੀ ਤੁਹਾਨੂੰ ਰੈਗੂਲਰ ਕਰਾਂਗੇ, ਪਰ ਅੱਜ ਤੱਕ ਕੋਈ ਸਾਰ ਨਹੀਂ ਲਈ ਗਈ। ਠੀਕ ਹੈ, ਕੈਪਟਨ ਸਰਕਾਰ ਸਾਡੇ ਨਾਲ ਵਾਅਦਾ ਕਰਕੇ ਗਈ ਆ, ਘਰ ਘਰ ਨੌਕਰੀ ਕੀ ਦੇਣੀ ਸੀ? ਜਿਹੜੇ ਸਿੱਖਿਆ ਪ੍ਰੋਵਾਈਡਰ ਦੇ ਆਪਕੇ EGS AI STR ਲੱਗੇ ਹੋਏ ਨੇ ਉਹ ਵੀ ਨਿਗੁਣੀਆਂ ਥਾਂ ਦੇ ਪੜ੍ਹਾ ਰਹੇ ਨੇ। ਅੱਜ ਸਾਡੀ ਮੇਨ ਮੰਗ ਇਹ ਆ ਕਿ ਸਾਨੂੰ ਰੈਗੂਲਰ ਕੀਤਾ ਜਾਵੇ। ਠੀਕ ਹੈ, ਜਿੰਨਾ ਚਿਰ ਸਰਕਾਰ ਸਾਨੂੰ ਰੈਗੂਲਰ ਨਹੀਂ ਕਰਦੀ ਸਾਡੀ ਚਾਹੀਏ ਤਨਖਾਹਾਂ ਤੇ ਸਾਨੂੰ ਦਿੱਤਾ ਜਾਵੇ। ਠੀਕ ਹੈ, ਸਾਡੀ ਮੇਨ ਮੰਗ ਤਨਖਾਹਾਂ ਦੀ ਆ। ਕੈਪਟਨ ਸਰਕਾਰ ਤੁਸੀਂ ਚਾਹੁੰਦੇ ਹੋ ਕਿ ਸਾਡੀ ਜਿਹੜੀਆਂ ਸੇਵਾਵਾਂ ਉਹ ਰੈਗੂਲਰ ਕਰੇ? ਅੱਜ ਜਿਹੜਾ ਪ੍ਰੋਟੈਸਟ ਕਰਦੇ ਪਏ ਕਿੱਥੋਂ ਸਟਾਰਟ ਕਰਦੇ ਪਏ, ਕਿੱਥੋਂ ਤੱਕ ਜਾਓਗੇ, ਕਿਹਨੂੰ ਮੰਗ ਪੱਤਰ ਦੇਣ ਦੀ ਜਾ ਅਸੀਂ ਸਰ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਆਪਣਾ। ਸਾਡਾ 4 ਤਰੀਕ ਨੂੰ ਸਾਡੀ ਰੈਲੀ ਹੋਈ ਸੀ ਸੰਗਰੂਰ ਵਿਖੇ, ਜਿਹਦੇ ਵਿੱਚ ਅਸੀਂ ਸੁਨਾ ਸਾਹਿਬ ਨੂੰ ਦਿੱਤਾ। ਹਰ ਵਾਰ ਸਾਨੂੰ ਮੀਟਿੰਗ ਦਿੱਤੀ ਜਾਂਦੀ ਆ ਪਰ ਬਹਾਨੇਬਾਜ਼ੀ ਕਰਕੇ ਮੀਟਿੰਗ ਰੱਦ ਕੀਤੀ ਜਾਂਦੀ ਆ। ਸਾਡਾ ਇਹ ਮੇਨ ਮਕਸਦ ਇਹ ਆ ਕਿ ਸਾਡੀਆਂ ਸਾਡੇ ਨਾਲ ਮੀਟਿੰਗ ਕਰਕੇ ਜੋ ਵੀ ਪੈਨਲ ਮੀਟਿੰਗ ਸਾਡੇ ਨਾਲ ਕਰਕੇ ਸਾਡੇ ਵਾਅਦੇ ਨੂੰ ਪੂਰਾ ਕੀਤਾ ਜਾਵੇ। ਆਵਾਜ਼ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਲਲਿਤ ਸ਼ਰਮਾ ਦੀ ਰਿਪੋਰਟ।